ਵੈਰੀ ਵੈਰੀ ਗੁੱਡ ਮੋਰਨਿੰਗ। ਹਜੇ ਸੁਪ੍ਰੀਤ ਬੀਬੀ ਨੇ ਗੁੱਡ ਮੋਰਨਿੰਗ ਨਹੀਂ ਕੀਤੀ। ਸੁਪ੍ਰੀਤ ਬੀਬੀ ਸੁੱਤੀ ਪਈ ਹੈ, ਹੈ ਨਾ, ਅਤੇ ਸਾਹਿਬ ਜੀ ਉੱਠ ਚੁੱਕੇ ਆ, ਬ੍ਰਸ਼ ਕੀਤਾ ਹੋਇਆ, ਅਤੇ ਮੈਨੂੰ ਪਤਾ ਕੀ ਕਹਿ ਰਹੇ ਆ। ਇੱਥੇ ਥੋੜ੍ਹੀ ਜਿਹੀ ਗੱਲ ਸਾਡੀ ਲੰਬੀ ਹੋ ਗਈ ਸੀ ਕਿਉਂਕਿ ਮੈਂ ਜਵਾਬ ਦੇ ਨਹੀਂ ਰਹੀ ਸੀ। ਇਹ ਮੈਨੂੰ ਕਹਿ ਰਹੇ ਸੀ ਉੱਠ ਜਾ, 8 ਵੱਜ ਗਏ, ਅਤੇ ਮੈਂ ਗਮਲਿਆਂ ਨੂੰ ਪਾਣੀ ਵਗੈਰਾ ਦੇ ਆਇਆ ਬਾਹਰ, ਅਤੇ ਮੈਂ ਬ੍ਰਸ਼ ਕਰ ਲਿਆ, ਹੁਣ ਤੂੰ ਚਾਹ ਬਣਾ ਲੈ। ਮੈਂ ਕਹਿ ਰਹੀ ਹਾਂ ਮੇਰੇ ਦਰਦਾਂ ਬਹੁਤ ਹੋ ਰਹੀਆਂ, ਅਤੇ ਰਾਤੀ ਨਾ ਮੈਨੂੰ ਨੀਂਦ ਨਹੀਂ ਆਈ। ਇਹਨਾਂ ਨੂੰ ਪਤਾ ਕਿ ਇਹ 1:30-2 ਵਜੇ ਤੱਕ ਸੁੱਤੀ ਨਹੀਂ ਸੀ, ਅਤੇ ਮੇਰੇ ਬਹੁਤ ਦਰਦਾਂ ਹੋਣ ਲੱਗ ਜਾਂਦੀਆਂ ਜਦੋਂ ਵੀ ਕੋਈ ਵਾਏ ਵਾਲੀ ਚੀਜ਼ ਖਾ ਲੈਂਦੀ ਹੈਗੀ ਆ, ਅਤੇ ਫਿਰ ਮੇਰਾ ਉੱਠਣ ਨੂੰ ਜੀ ਬਿਲਕੁਲ ਵੀ ਨਹੀਂ ਕਰਦਾ ਕਿਉਂਕਿ ਰਾਤ ਨੂੰ ਲੇਟ ਨੀਂਦ ਆਉਂਦੀ ਹੈ। ਜਿਵੇਂ ਜਿਵੇਂ ਸ਼ਾਮ ਹੁੰਦੀ ਹੈ, ਰਾਤ ਹੁੰਦੀ ਹੈ, ਮੇਰੇ ਦਰਦਾਂ ਹੋਣ ਲੱਗ ਜਾਂਦੀਆਂ, ਅਤੇ ਬਸ ਇਸ ਤਰ੍ਹਾਂ ਹੀ, ਹੈ ਨਾ, ਕਦੇ ਕਦੇ ਹੋ ਜਾਂਦਾ, ਹੈ ਨਾ, ਅਤੇ ਕਦੇ ਕਦੇ ਠੀਕ ਹੁੰਦੇ ਹਾਂ, ਕਦੇ ਕਦੇ ਇਸ ਤਰ੍ਹਾਂ ਹੀ ਹੁੰਦੇ ਹਾਂ। ਸੋ ਬੋਡੀ ਹੈ, ਹੈ ਨਾ, ਜਿਸ ਤਰ੍ਹਾਂ ਵੀ ਚੇਂਜ ਹੁੰਦੀ ਹੈ ਉਸ ਤਰ੍ਹਾਂ ਹੀ ਸਾਨੂੰ ਚੇਂਜ ਹੋਣਾ ਪੈਂਦਾ। ਲਓ ਜੀ, ਮਿੱਠੂ ਦਾ ਮੰਜਾ ਬਾਹਰ ਡਾਇਆ ਹੋਇਆ, ਅਤੇ ਮੈਂ ਅਰਦਾਸ ਕਰਕੇ ਫਿਰ ਮੈਂ ਪੀਨੀ ਹਾਂ ਪਾਣੀ। ਸਵੇਰ ਦੀ ਜਿਹੜੀ ਅਰਲੀ ਮੋਰਨਿੰਗ ਰੂਟੀਨ ਹੈ ਨਾ, ਹੁਣ ਕੈਮਰਾ ਤਾਂ ਸਾਹਿਬ ਜੀ ਨੇ ਔਨ ਕਰ ਹੀ ਦਿੱਤਾ ਸੀਗਾ ਕਿਉਂਕਿ ਮੈਨੂੰ ਨਹੀਂ ਪਤਾ ਸੀਗਾ ਇਹਨਾਂ ਨੇ ਕੈਮਰਾ ਔਨ ਕਰਕੇ। ਮੈਂ ਇਹਨਾਂ ਨੂੰ 2-3 ਵਾਰੀ ਕਿਹਾ ਸੀ, ਮੈਂ ਕਿਹਾ ਜਦੋਂ ਆਪਾਂ ਉੱਠਦੇ ਹਾਂ ਨਾ ਅਤੇ ਬ੍ਰਸ਼ ਵਗੈਰਾ ਕਰਦੇ ਹਾਂ ਉੱਥੋਂ ਵੀਡੀਓ ਸਟਾਰਟ ਕਰਾਂਗੇ, ਅਤੇ ਅੱਜ ਇਹਨਾਂ ਦੇ ਕੈਮਰਾ ਔਨ ਕਰਤਾ। ਮੈਂ ਕਿਹਾ ਚੱਲ ਤੁਹਾਨੂੰ ਅੱਜ ਸਵੇਰ ਦੀ ਅਰਲੀ ਮੋਰਨਿੰਗ ਰੂਟੀਨ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ। ਪਾਣੀ ਪੀਣ ਤੋਂ ਬਾਅਦ ਜਿਹੜਾ ਵੀ ਪਾਣੀ ਸਾਡੇ ਮੂੰਹ ਨੂੰ ਲੱਗਦਾ ਹੈ ਅਤੇ ਉਹ ਆਪਣੇ ਲਿਪਸ ਦੇ ਨਾਲ ਹੀ ਤੁਸੀਂ ਮੱਲ ਲਓ, ਉਂਗਲ ਦੇ ਨਾਲ ਮਸਾਜ ਕਰ ਲਓ, ਲਿਪਸ ਨਹੀਂ ਫਟਣਗੇ, ਠੀਕ ਹੈ। ਇਹ ਵੀ ਛੋਟੀ ਛੋਟੀ ਟਿਪ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿੰਦੀ ਹੁੰਦੀ ਹਾਂ ਵਲੋਗ ਦੇ ਵਿੱਚ, ਜ਼ਰੂਰ ਕਰਕੇ ਦੇਖਿਓ, ਫਿਰ ਮੈਨੂੰ ਤੁਸੀਂ ਦੱਸਿਓ। ਗੁੱਡ ਮੋਰਨਿੰਗ ਜੀ, ਵੈਲਕਮ ਹੈ ਤੁਹਾਡਾ ਸਾਰਿਆਂ ਦਾ, ਅਤੇ ਤੁਹਾਨੂੰ ਮੈਂ ਕਹਿ ਚੁੱਕੀ ਹਾਂ। ਲਓ ਜੀ, ਹੁਣ ਆਪਾਂ ਸਭ ਤੋਂ ਪਹਿਲਾਂ ਰਸੋਈ ਦੇ ਵਿੱਚ ਆ ਗਏ, ਹੈ ਨਾ, ਕਿਉਂਕਿ ਉੱਠਣ ਸਾਰ ਨਾ ਇਸ ਤਰ੍ਹਾਂ ਲੱਗਦਾ ਜਦੋਂ ਦਰਦਾਂ ਹੁੰਦੀਆਂ ਨਾ, ਖਾਸ ਕਰਕੇ ਕਿ ਆਪਾਂ ਚਾਹ ਪੀ ਲਈਏ, ਅਤੇ ਹਜੇ ਮੈਂ ਬ੍ਰਸ਼ ਨਹੀਂ ਕੀਤਾ, ਅਤੇ ਬਹੁਤ ਮੈਨੂੰ ਲੱਗਦਾ ਪਹਿਲੀ ਵਾਰੀ ਮੈਂ ਇਸ ਤਰ੍ਹਾਂ, ਹੈ ਨਾ, ਰੂਟੀਨ ਸ਼ੇਅਰ ਕਰਨ ਲੱਗੀ ਹਾਂ ਤੁਹਾਡੇ ਨਾਲ। ਅਤੇ ਉੱਠਣ ਸਾਰ ਇਸ ਤਰ੍ਹਾਂ ਹੀ ਕਈ ਵਾਰ ਮੈਂ ਲੇਟ ਹੋ ਜਾਂਦੀ ਹਾਂ, ਅਤੇ ਮੈਂ ਇਸ ਤਰ੍ਹਾਂ ਹੀ ਉੱਠਣ ਸਾਰ ਪਹਿਲਾਂ ਚਾਹ ਰੱਖ ਦਿੰਦੀ ਹਾਂ, ਪਾਣੀ ਪੀ ਲੈਂਦੀ ਹਾਂ, ਫਿਰ ਚਾਹ ਰੱਖ ਦਿੰਦੀ ਹਾਂ, ਫਿਰ ਉਸ ਤੋਂ ਬਾਅਦ, ਹੈ ਨਾ, ਜਿਸ ਤਰ੍ਹਾਂ ਮੈਂ ਬਾਹਰ ਹੁੰਦੀ ਹਾਂ, ਬਾਹਰਲੀ ਵੀ ਹਵਾ ਖਾਂਦੀ ਹਾਂ, ਫਿਰ ਅੰਦਰ ਚਲੀ ਜਾਂਦੀ ਹਾਂ ਕੋਈ ਰੋਟੀ ਬਚੀ ਹੁੰਦੀ ਹੈ ਰਾਤ ਦੀ, ਅਤੇ ਫਿਰ ਮੈਂ ਪਕਸ਼ੀਆਂ ਨੂੰ ਪਾ ਦਿੰਦੀ ਹਾਂ ਕਿਉਂਕਿ ਇਹ ਸਵੇਰੇ ਆਵਾਜ਼ਾਂ ਮਾਰਨ ਲੱਗ ਜਾਂਦੇ ਹੈ। ਅਤੇ ਬਾਕੀ ਜਿਹੜੇ ਕੰਮ ਹੈਗੇ ਉਹ ਹੁਣ ਆਪਾਂ ਬ੍ਰਸ਼ ਕਰਨ ਤੋਂ ਬਾਅਦ ਕਰਾਂਗੇ। ਲਓ ਜੀ, ਹੁਣ ਆਪਾਂ ਆ ਚੁੱਕੀ ਹਾਂ ਕਿਚਨ ਦੇ ਵਿੱਚ, ਮੂੰਹ ਆਪਣਾ ਪੂੰਝ ਲਿਆ ਹੋਇਆ ਚੁੰਨੀ ਨਾਲ, ਹੈ ਨਾ, ਅਤੇ ਚੁੰਨੀ ਨਾਲ ਹੀ ਮੈਂ ਜ਼ਿਆਦਾਤਰ ਮੂੰਹ ਪੂੰਝਦੀ ਹੁੰਦੀ ਹਾਂ। ਕੋਟਨ ਦੀ ਚੁੰਨੀ ਦਾ ਬਹੁਤ ਫਾਇਦਾ ਹੁੰਦਾ, ਅਤੇ ਦਰਦਾਂ ਹੋਣ ਵੇਲੇ ਮੈਂ ਇਸ ਤਰ੍ਹਾਂ ਹੀ ਸਿਰ ਨੂੰ ਵੀ ਢੱਕ ਲੈਂਦੀ ਹਾਂ ਅਤੇ ਬੋਡੀ ਨੂੰ ਢੱਕ ਕੇ ਫਿਰ ਹੀ ਮੈਂ ਬਾਹਰ ਨਿਕਲਦੀ ਹਾਂ, ਅਤੇ ਕਈ ਵਾਰ ਨਾ ਮੈਨੂੰ ਜਕੜਨ ਜੀ ਮਹਿਸੂਸ ਹੁੰਦੀ ਹੈ, ਅਤੇ ਇਸ ਕਰਕੇ ਥੋੜ੍ਹੀ ਜਿਹੀ ਦਿੱਕਤ ਆਉਣ ਲੱਗ ਜਾਂਦੀ ਹੈ, ਹੈ ਨਾ, ਦਰਦਾਂ ਦੇ ਨਾਲ ਤਾਂ। ਅਤੇ ਇਹ ਪਨੀਰ ਮੈਂ ਕੱਢਿਆ ਸੀ ਰਾਤ ਨੂੰ, ਅਤੇ ਮੈਨੂੰ ਨੀਂਦ ਨਹੀਂ ਆ ਰਹੀ ਸੀ, ਫਿਰ ਮੈਂ 12 ਵਜੇ ਉੱਠ ਕੇ ਭਾਈ ਘਿਓ ਕੱਢਣ ਲੱਗ ਗਈ, ਮਲਾਈ ਕੱਢੀ ਪਈ ਸੀ, ਚਾਹ ਪਾਣੀ ਪੀ ਲਿਆ ਹੋਇਆ, ਫਿਰ ਮੈਂ ਬੈਠ ਗਈ ਇਹਨਾਂ ਕੋਲ, ਅਤੇ ਇਹ ਦੇਖ ਰਹੀ ਸੀ, ਮੈਂ ਇਹ ਮੇਰੀ ਵੀਡੀਓ ਦੇਖ ਰਹੇ ਸੀਗੇ, ਅਤੇ ਮੈਨੂੰ ਕਹਿੰਦੇ ਇਹ ਤੂੰ ਕੱਪੜੇ ਕਦੋਂ ਧੋਤੇ, ਹੈ ਨਾ, ਸਾਡੇ ਸਾਹਿਬ ਜੀ ਇੰਨੇ ਬਿਜ਼ੀ ਰਹਿੰਦੇ, ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਕਿਹੜੇ ਵੇਲੇ ਕਿਹੜਾ ਕੰਮ ਕਰਦੀ ਹੈਗੀ ਹਾਂ। ਅਤੇ ਲਓ ਜੀ, ਹੁਣ ਆਪਾਂ ਫਿਰ ਕਿਚਨ ਦੇ ਵਿੱਚ ਆ ਗਏ, ਮੈਂ ਕਿਹਾ ਤੁਸੀਂ ਕਰੋ ਵੀਡੀਓ ਇੰਜੋਏ, ਅਤੇ ਮੈਂ ਕਿਚਨ ਦੇ ਵਿੱਚ ਆ ਜਾਂਦੀ ਹਾਂ। ਕਿਚਨ ਦੇ ਵਿੱਚ ਆ ਕੇ ਮੈਂ ਛੋਲੇ ਭਿਉਂਤੇ ਦੁਪਹਿਰ ਵਾਸਤੇ, ਹੈ ਨਾ, ਅਤੇ ਇਹ ਰਾਤ ਨੂੰ ਵੈਸੇ ਭਿਉਂਈਦੇ ਹੁੰਦੇ ਆ, ਅਤੇ ਜਦੋਂ ਜ਼ਿਆਦਾ ਗਰਮੀ ਹੋ ਜਾਂਦੀ ਹੈ ਫਿਰ ਮੈਂ ਨਹੀਂ ਭਿਉਂਦੀ। ਇਸ ਤਰ੍ਹਾਂ ਹੀ ਮੈਂ ਦਿਨ ਵੇਲੇ ਜਿਵੇਂ ਆਪਾਂ ਚਾਹ ਪਾਣੀ ਪੀ ਲਈਏ ਸਵੇਰ ਦਾ, ਉਸ ਤੋਂ ਬਾਅਦ ਭਿਉਂ ਦਿੰਦੀ ਹਾਂ ਜੇ ਆਪਾਂ ਦੁਪਹਿਰੇ ਬਣਾਉਣੇ ਆ। ਅਤੇ ਚੰਗੀ ਤਰ੍ਹਾਂ ਦੇਖ ਲਓ ਜੀ, ਹੱਥਾਂ ਨਾਲ ਮਸਲ ਕੇ ਬੀਬੀ ਸੁਪ੍ਰੀਤ ਧੋਂਦੀ ਹੈ ਇਸ ਤਰ੍ਹਾਂ ਛੋਲੇ, ਫਿਰ ਉਸ ਤੋਂ ਬਾਅਦ ਦੇਖ ਲਓ ਜੀ ਇਹਦਾ ਪਾਣੀ ਕੱਢ ਦਾਂਗੇ। ਪਾਣੀ ਕੱਢਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ 2-3 ਵਾਰੀ ਪਹਿਲਾਂ ਪਾਣੀ ਕੱਢਾਂਗੇ, ਫਿਰ ਉਸ ਤੋਂ ਬਾਅਦ ਦੇਖ ਲਓ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ।
ਪਾਣੀ ਹੈ ਨਾ, ਪਾਣੀ ਪਾ ਕੇ ਫਿਰ ਆਪਾਂ ਭਿਉਂ ਦਾਂਗੇ। ਅਤੇ ਭਾਂਡੇ ਤਾਂ ਹੈ ਨਾ ਸ਼ੈਂਕ ਦੇ ਵਿੱਚ ਥੋੜ੍ਹੇ ਬਹੁਤੇ ਪਏ ਰਹਿੰਦੇ ਆ, ਜਿਵੇਂ ਤੁਸੀਂ ਦੇਖਿਆ ਚਾਹ ਪਾਣੀ ਪੀਣ ਤੋਂ ਬਾਅਦ ਵੀ ਭਾਂਡੇ ਹੋ ਜਾਂਦੇ ਆ, ਨਾਸ਼ਤੇ ਤੋਂ ਬਾਅਦ ਵੀ ਹੋ ਜਾਂਦੇ ਆ। ਸੋ ਰਸੋਈ ਦਾ ਕੰਮ ਹੈਗਾ, ਇਹ ਤਾਂ ਚੱਲਦਾ ਹੀ ਰਹਿਣਾ। ਅਤੇ ਹੁਣ ਮੈਂ ਬਾਹਰ ਆ ਗਈ, ਜਿਸ ਤਰ੍ਹਾਂ ਮੈਂ ਲੇਟ ਉੱਠੀ ਹਾਂ ਅਤੇ ਮੈਂ ਲੇਟ ਵਾਲਾ ਕੰਮ ਇਸ ਤਰ੍ਹਾਂ ਕਰਦੀ ਹੈਗੀ ਹਾਂ। ਦੁਪਹਿਰ ਦੀ ਦੇਖ ਲਓ ਤਿਆਰੀ ਪਹਿਲਾਂ ਸ਼ੁਰੂ ਕਰਤੀ, ਨਾਸ਼ਤਾ ਹਜੇ ਨਹੀਂ ਕੀਤਾ ਅਤੇ ਨਾ ਹਜੇ ਨਾਸ਼ਤੇ ਦੀ ਤਿਆਰੀ ਹੋਈ ਹੈ। ਥੋੜ੍ਹਾ ਜਿਹਾ ਆਟਾ ਗੁੰਨਿਆ, ਮੈਨੂੰ ਨਾਸ਼ਤੇ ਦੀ ਇੰਨੀ ਨਹੀਂ ਹੁੰਦੀ ਕਿਉਂਕਿ ਅਸੀਂ ਪਰੌਂਠੇ ਹੀ ਬਣਾਉਣੇ ਹੁੰਦੇ ਆ, ਬਸ ਦੁਪਹਿਰ ਦਾ ਹੁੰਦਾ ਮੈਨੂੰ ਜ਼ਿਆਦਾ। ਅਤੇ ਲਓ ਜੀ ਹੁਣ ਆਪਾਂ ਪਿਆਜ਼ ਕੱਟਦੇ ਹਾਂ। ਪਿਆਜ਼ ਦੇ ਛਿਲਕੇ ਆ ਨਾ ਜਿਹੜੇ, ਇਹ ਮਿੱਠੂ ਖਾ ਲੈਂਦਾ ਹੈਗਾ ਅਤੇ ਇਹਨੂੰ ਥੋੜ੍ਹੀ ਥੋੜ੍ਹੀ ਕੋਈ ਵੀ ਚੀਜ਼ ਪਾਈਏ ਅਸੀਂ ਖਾਣ ਲੱਗ ਜਾਂਦਾ ਹੈਗਾ। ਹੁਣ ਦੇਖ ਲਓ ਜੀ ਆਪਾਂ ਕੱਟ ਰਹੇ ਹਾਂ ਪਿਆਜ਼, ਅਤੇ ਹਵਾ ਬਹੁਤ ਅੱਛੀ ਚੱਲ ਰਹੀ ਸੀ ਅਤੇ ਦਰਦਾਂ ਕਰਕੇ ਨਾ ਮੇਰੇ ਪੈਰ ਹੈ ਨਾ ਜਿਹੜੇ, ਅਤੇ ਉਹਨਾਂ ਵਿੱਚ ਵੀ ਨਾ ਕਾਫੀ ਦਰਦ ਹੋਣ ਲੱਗ ਜਾਂਦਾ, ਅਤੇ ਫਿਰ ਮੈਂ ਇਸ ਤਰ੍ਹਾਂ ਕਰਦੀ ਹਾਂ, ਮੈਨੂੰ ਆਰਾਮ ਮਿਲਦਾ। ਜਿਸ ਤਰ੍ਹਾਂ ਵੀ ਮੈਨੂੰ ਅੱਛਾ ਲੱਗਦਾ ਮੈਂ ਉਵੇਂ ਕਰਦੀ ਹਾਂ, ਇਹ ਮੈਂ ਕੋਈ ਐਕਸਰਸਾਈਜ਼ ਨਹੀਂ ਕਰ ਰਹੀ ਹੈਗੀ ਹੈ ਨਾ, ਅਤੇ ਮੈਂ ਦੱਸ ਦਿੰਦੀ ਹਾਂ ਮੈਂ ਕਿ ਨਾਲ ਦੀ ਨਾਲ ਹੈ ਨਾ, ਅਤੇ ਪਰ ਦਰਦਾਂ ਨਹੀਂ ਠੀਕ ਹੋਈਆਂ। ਫਿਰ ਉਸ ਤੋਂ ਬਾਅਦ ਦੇਖ ਲਓ ਜੀ ਮੈਂ ਲਸਣ ਦੀ ਇੱਕ ਕਲੀ ਖਾਊਂਗੀ, ਕੀ ਪਤਾ ਇਹਦੇ ਨਾਲ ਫਰਕ ਪੈ ਜਾਵੇ। ਜਦੋਂ ਇਸ ਤਰ੍ਹਾਂ ਹੋਣ ਲੱਗ ਜਾਂਦੀ ਹੈ ਨਾ ਦਰਦਾਂ, ਫਿਰ ਮੈਨੂੰ ਇੰਨੀ ਬੇਚੈਨੀ ਹੁੰਦੀ ਹੈ, ਫਿਰ ਮੈਂ ਕਦੇ ਕੋਈ ਦਵਾਈ ਖਾਂਦੀ ਹਾਂ ਕਦੇ ਕੋਈ ਦਵਾਈ ਖਾਂਦੀ ਹਾਂ, ਅਤੇ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਕਈ ਵਾਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹਾਂ, ਅਤੇ ਪਰੇਸ਼ਾਨੀ ਦੇ ਵਿੱਚ ਪਤਾ ਨਹੀਂ ਕੀ ਦਵਾਈਆਂ ਖਾ ਲੈਂਦੀ ਹਾਂ। ਐਂ ਤਾਂ ਡਾਕਟਰ ਨੇ ਜਿਹੜੀਆਂ ਦੱਸੀਆਂ ਉਹ ਹੈ, ਪਰ ਆਪਣੇ ਹਿਸਾਬ ਨਾਲ ਹੁਣ ਜਿਸ ਤਰ੍ਹਾਂ ਮੈਂ ਮਤਲਬ ਦਵਾਈਆਂ ਤਾਂ ਖਾ ਲੈਂਦੀ ਹਾਂ, ਪਰ ਜਿਵੇਂ ਮੈਂ ਲੱਸੀ ਪੀ ਲਈ ਹੈ ਨਾ, ਦਹੀਂ ਖਾ ਲਈ, ਮੈਨੂੰ ਨਹੀਂ ਸੂਟ ਕਰਦੀ ਅਤੇ ਮੈਂ ਖਾ ਕੇ ਆਪਣਾ ਮਨ ਤਾਂ ਟਕਾ ਲੈਂਦੀ ਹਾਂ, ਪਰ ਬੋਡੀ ਮੈਂ ਆਪਣੀ ਖਰਾਬ ਕਰ ਲੈਂਦੀ ਹਾਂ। ਲਓ ਜੀ ਸਾਹਿਬ ਜੀ ਨਹਾ ਕੇ ਆ ਚੁੱਕੇ ਆ, ਇਹਨਾਂ ਨੂੰ ਮੈਂ ਨਾਸ਼ਤਾ ਦੇ ਦਿੱਤਾ ਸੀ ਅਤੇ ਇਹ ਹੁਣ ਚਲੇ ਗਏ ਔਫਿਸ। ਲਓ ਜੀ ਪਹਿਲਾਂ ਕਿਚਨ ਦੀ ਤੁਸੀਂ ਹਾਲਤ ਦੇਖ ਲਓ, ਇਹ ਦੇਖੋ ਅੰਡਿਆਂ ਦੀ ਭੁਰਜੀ ਬਣਾਈ ਸੀ, ਇਹਦੀ ਵੀਡੀਓ ਵੀ ਬਣਾਈ ਹੈ ਮੈਂ, ਅਤੇ ਇਹ ਮੇਰਾ ਸਟੈਂਡ ਹੈ ਲੱਗਿਆ ਜਿਸ ਨਾਲ ਮੈਂ ਵੀਡੀਓ ਸ਼ੂਟ ਕਰਦੀ ਹਾਂ, ਠੀਕ ਹੈ। ਥੋੜ੍ਹਾ ਥੋੜ੍ਹਾ ਮੈਂ ਕਿਹਾ ਤੁਹਾਨੂੰ ਇਸ ਤਰ੍ਹਾਂ ਦਾ ਮੈਂ ਕੰਮ ਦਿਖਾਉਂਦੀ ਹਾਂ। ਇਹ ਆਟਾ ਗੁੰਨਿਆ ਪਿਆ ਅਤੇ ਇਹਦੇ ਵਿੱਚ ਮੈਂ ਛੋਲੇ ਭਿਉਂ ਕੇ ਰੱਖੇ ਆ, ਇਹ ਦੇਖੋ। ਇਹ ਪਾਣੀ ਦੇਖ ਲਓ ਛੋਲਿਆਂ ਦਾ ਬਿਲਕੁਲ ਸੁੱਕ ਚੁੱਕਿਆ, ਹੁਣ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ, ਠੀਕ ਹੈ। ਤੁਹਾਨੂੰ ਦਿਖਾਉਂਦੀ ਹਾਂ ਹੁਣ ਮੈਂ, ਬਾਕੀ ਛੋਟਾ ਛੋਟਾ ਜਿਹੜਾ ਕੰਮ ਹੈ ਨਾ ਅਤੇ ਉਹ ਇਸ ਤਰ੍ਹਾਂ ਹੁੰਦਾ ਰਸੋਈ ਦਾ। ਸਵੇਰੇ ਸਵੇਰੇ ਤੁਸੀਂ ਦੇਖ ਸਕਦੇ ਹੋ, ਇਹ ਦੇਖੋ ਘਿਓ ਕੱਢਿਆ ਸੀ, ਸਭ ਕੁਛ ਇਸ ਤਰ੍ਹਾਂ ਹੀ ਪਿਆ। ਹੁਣ ਇਹਨੂੰ ਆਪਾਂ ਸਮੇਟ ਕੇ ਫਿਰ ਮਿਲਦੇ ਹਾਂ, ਠੀਕ। ਪੈਣ ਨੂੰ ਬਹੁਤ ਮਨ ਕਰੀ ਜਾਂਦਾ ਸੀ ਸਵੇਰੇ ਦੁਬਾਰੇ ਫਿਰ ਸੋ ਜਾ ਹੈ ਨਾ, ਇੱਕ ਝਪਕੀ ਜੀ ਫਿਰ ਲਗਾ ਲਾਂ, ਕਿਉਂਕਿ ਸਵੇਰੇ ਜਦੋਂ ਨੀਂਦ ਆਉਂਦੀ ਹੈ ਨਾ ਅਤੇ ਫਿਰ ਇਸ ਤਰ੍ਹਾਂ ਹੋਣ ਲੱਗ ਜਾਂਦਾ ਵੀ ਹਾਏ ਅਸੀਂ ਕੰਮ ਕਿਵੇਂ ਕਰਾਂਗੇ। ਫਿਰ ਵੀ ਹੈ ਨਾ ਦੱਬ ਘੁੱਟ ਕੇ ਮੈਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੁੰਦੀ ਹਾਂ, ਅਤੇ ਜਿਸ ਦਿਨ ਆਪਣਾ ਮਨ ਵੀ ਨਾ ਹੋਵੇ ਕੰਮ ਵੀ ਬਹੁਤ ਜ਼ਿਆਦਾ ਹੁੰਦਾ। ਜਿਵੇਂ ਘਿਓ ਕੱਢਤਾ ਸੀ ਮੈਂ ਰਾਤ ਨੂੰ ਹੈ ਨਾ, ਕੜਾਈਆ ਵੀ ਖਾਲੀ ਕਰਨਾ, ਅਤੇ ਸਭ ਤੋਂ ਪਹਿਲਾਂ ਤੁਸੀਂ ਅੱਜ ਦੇਖੀ ਜਾਇਓ ਮੈਂ ਕਿਹੜੀਆਂ ਕਿਹੜੀਆਂ ਦਵਾਈਆਂ ਲੈਂਦੀ ਹਾਂ ਅਤੇ ਆਪਣੀ ਬੋਡੀ ਦੇ ਨਾਲ ਕਿਸ ਤਰ੍ਹਾਂ ਹੈ ਨਾ ਕਰਦੀ ਰਹਿੰਦੀ ਹਾਂ ਮੈਂ ਐਕਸਪੈਰੀਮੈਂਟ ਜੇ। ਅਤੇ ਸਭ ਤੋਂ ਪਹਿਲਾਂ ਮੈਂ ਵਿਟਾਮਿਨ ਡੀ ਲਊਂਗੀ ਹੈ ਨਾ, ਅਤੇ ਇਹ 4 ਗੋਲੀਆਂ ਦਾ ਸੈੱਟ ਹੁੰਦਾ, 2 ਇਹ ਖਾਣ ਕੇ 2 ਮੈਂ ਖਾਊਂਗੀ, ਮੈਂ ਆਪਦੀ ਖਾ ਲਈ, ਇਹ ਆਪਦੀ ਸ਼ਾਮ ਨੂੰ ਜਾਂ ਦੁਪਹਿਰੇ ਖਾ ਲੈਣਗੇ। ਹੁਣ ਮੈਂ ਦੇਖ ਲਓ ਜੀ ਨਮਕ ਦਾਨੀ ਦੇ ਵਿੱਚ ਮਸਾਲੇ ਫਿਲ ਕਰੂੰਗੀ, ਕਿਉਂਕਿ ਤੜਕਾ ਲਾਊਂਗੀ ਨਾ, ਫਿਰ ਜਦੋਂ ਮਸਾਲੇ ਨਹੀਂ ਹੁੰਦੇ ਫਿਰ ਆਪਾਂ ਇੱਧਰ ਉੱਧਰ ਹੱਥ ਮਾਰਦੇ ਹਾਂ, ਅਤੇ ਇਹ ਕੰਮ ਕਰਨੇ ਬਹੁਤ ਜ਼ਰੂਰੀ ਹੁੰਦੀ ਹੈ। ਇਹ ਮੈਂ ਵੀਡੀਓ ਅਪਲੋਡ ਕਰਨ ਤੋਂ ਬਾਅਦ ਸ਼ਾਮ ਨੂੰ ਕਰਦੀ ਹੁੰਦੀ ਹਾਂ, ਪਰ ਕੱਲ੍ਹ ਸ਼ਾਮ ਨੂੰ ਜਿਵੇਂ ਮੈਂ ਕਰਨੇ ਸੀ ਇਹ ਕੰਮ, ਮੈਂ ਨਹੀਂ ਕਰ ਪਾਈ।
ਤਾਂ ਹੀ ਮੈਂ ਹੁਣ ਕਰੀ ਜਾਂਦੀ ਹੈਗੀ ਹਾਂ। ਅਤੇ ਛੋਟੇ ਛੋਟੇ ਕੰਮ ਹੈ ਨਾ ਜਿਹੜੇ ਬਹੁਤ ਹੋ ਜਾਂਦੇ ਕਿਚਨ ਦੇ ਵਿੱਚ। ਇਹ ਦੇਖ ਲਓ ਮੈਂ ਕੁੱਕਰ ਦੇ ਵਿੱਚ ਛੋਲੇ ਪਾਤੇ ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਤਾ। ਜਦੋਂ ਪਾਣੀ ਰਿੱਝਣ ਲੱਗ ਗਿਆ ਫਿਰ ਚਮਚੇ ਦਾ ਚੌਥਾ ਹਿੱਸਾ ਆਪਾਂ ਮਿੱਠੇ ਸੋਡੇ ਦਾ ਐਡ ਕਰਤਾ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਖ ਲਓ ਜੀ ਖੜ੍ਹੇ ਮਸਾਲੇ, ਸਾਬਤ ਮਸਾਲੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ। ਲਓ ਜੀ ਹੁਣ ਆਪਾਂ ਤੇਜ਼ ਪੱਤੇ ਵੀ ਪਾਤੇ, ਲੌਂਗ, ਇਲਾਇਚੀਆਂ ਅਤੇ ਦਾਲਚੀਨੀ ਪਾ ਕੇ, ਹਲਦੀ ਪਾਵਾਂਗੇ, ਨਮਕ ਪਾਵਾਂਗੇ, ਥੋੜ੍ਹਾ ਜਿਹਾ ਘਿਓ ਪਾਵਾਂਗੇ ਅਤੇ ਕੁੱਕਰ ਨੂੰ ਕਰ ਦਾਂਗੇ ਬੰਦ, ਹੈ ਨਾ। ਅਤੇ ਇਹ ਦੇਖ ਲਓ ਪੱਕਦੇ ਪੱਕਦੇ ਹੀ ਛੋਲਿਆਂ ਦੇ ਵਿੱਚ ਰੰਗ ਆਉਣਾ ਸ਼ੁਰੂ ਹੋ ਜਾਂਦਾ। ਅਤੇ ਇਹ ਛੋਲੇ ਬਸ 5-7 ਮਿੰਟ ਹੀ ਮੈਂ ਪਕਾਉਂਗੀ, ਜਿੰਨੀ ਦੇਰ ਮੈਂ ਭਾਂਡੇ ਵਗੈਰਾ ਮਾਂਜੂੰਗੀ ਅਤੇ ਉੱਨੀ ਦੇਰ ਦੇ ਵਿੱਚ ਇਹ ਛੋਲੇ ਉਬਲ ਜਾਣਗੇ। ਅਤੇ ਭਾਂਡੇ ਹਜੇ ਮਾਂਜਣ ਨੂੰ ਜੀ ਨਹੀਂ ਸੀ ਕਰ ਰਿਹਾ, ਚਾਹ ਬਣਾਈ। ਚਾਹ ਬਣਾ ਕੇ ਫਿਰ ਮੈਂ ਇੱਥੇ ਆ ਗਈ ਮਿੱਠੂ ਕੋਲ ਅਤੇ ਥੋੜ੍ਹਾ ਜਿਹਾ ਬੋਡੀ ਨੂੰ ਆਰਾਮ ਦੇ ਦਿੰਦੀ ਹਾਂ, ਹੈ ਨਾ, ਬੈਠ ਕੇ ਇਹ ਮਤਲਬ ਹੈ। ਅਤੇ ਨਾਲੇ ਇਹਦੇ ਨਾਲ ਮੈਂ ਪੰਗੇ ਲੈ ਲੈਂਦੀ। ਇਹ ਵੀ ਦੇਖੋ ਕਿਵੇਂ ਖੇਡਣ ਲੱਗ ਜਾਂਦਾ ਹੈ, ਇਹਨੂੰ ਪਤਾ ਹੈ ਮੈਂ ਕਿਉਂਕਿ ਕੰਮ ਕਰਦੀ ਕਰਦੀ ਇੱਥੇ ਜ਼ਰੂਰ ਬੈਠਦੀ ਹੁੰਦੀ, ਇੱਥੇ ਬੈਠਦਾ, ਇਸ ਰੂਮ ਦੇ ਵਿੱਚ ਹੀ ਬੈਠਦਾ। ਇਹ ਦੇਖ ਲਓ ਮੇਰੇ ਉੱਪਰ ਚੜੇਗਾ, ਹੈ ਨਾ, ਇਹ ਦੇਖੋ ਇਸ ਤਰ੍ਹਾਂ ਲੱਤਾਂ ਦੇ ਉੱਪਰ ਨਾ ਜੰਪ ਮਾਰੇਗਾ। ਮੈਂ ਲੱਤਾਂ ਇਸ ਤਰ੍ਹਾਂ ਕਰੂੰਗੀ ਨਾ, ਜੰਪ ਇੱਧਰ ਮਾਰਦਾ ਇੱਧਰ ਮਾਰਦਾ। ਅਤੇ ਇਹ ਵੀ ਬੱਚਿਆਂ ਨਾਲੋਂ ਜ਼ਿਆਦਾ ਪਿਆਰਾ ਲੱਗਣ ਲੱਗ ਜਾਂਦਾ, ਹੈ ਨਾ, ਜਾਨਵਰ ਕੋਈ ਵੀ ਆਪਾਂ ਘਰੇ ਰੱਖਦੇ ਹਾਂ। ਅਤੇ ਭਾਂਡੇ ਤੁਸੀਂ ਦੇਖ ਲਓ, ਜਿਸ ਦਿਨ ਸਵੇਰੇ ਦਿਨ ਇਸ ਤਰ੍ਹਾਂ ਸ਼ੁਰੂਆਤ ਹੁੰਦੀ ਨਾ ਦਿਨ ਦੀ, ਅਤੇ ਉਸ ਦਿਨ ਕੰਮ ਵੀ ਆਪਣਾ ਬਹੁਤ ਹੁੰਦਾ। ਰਸੋਈ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਭਾਂਡੇ ਦੇ ਭਾਂਡੇ ਚੜੇ ਪਏ ਹੈਗੇ ਆ। ਅਤੇ ਪਹਿਲਾਂ ਇਹ ਸੋਚ ਰਹੀ ਸੀਗੀ ਵੀ 2 ਵਾਰੀਆਂ 'ਚ ਮਾਂਜਾਂ, 3 ਵਾਰੀਆਂ 'ਚ ਮਾਂਜਾਂ, ਜਾਂ ਫਿਰ ਮੈਂ ਕੀ ਕਰਾਂ, ਹੈ ਨਾ, ਜਾਂ ਫਿਰ ਮੈਂ ਸੀਮਾ ਨੂੰ ਕਹਾਂ। ਅੱਜ ਤਾਂ ਤੁਹਾਨੂੰ ਮੈਂ ਦੱਸਾਂ ਮੇਰੀ ਹਾਲਤ ਇਸ ਤਰ੍ਹਾਂ ਹੋ ਗਈ ਸੀ ਕਿ ਮੈਂ ਕਿਵੇਂ ਕਰਾਂ ਕੰਮ, ਕਿਵੇਂ ਨਿਬੇੜੂੰਗੀ। ਅਤੇ ਪਹਿਲਾਂ ਤਾਂ ਇਹ ਹੈ ਕਿ ਘਿਓ ਵਾਲੇ ਹੀ ਭਾਂਡੇ ਹੋ ਜਾਂਦੇ ਜਦੋਂ ਆਪਾਂ ਘਿਓ ਕੱਢਣਾ ਹੁੰਦਾ, ਹੈ ਨਾ, ਅਤੇ ਚਿਕਨਾਹਟ ਵਾਲੇ ਹੋ ਜਾਂਦੇ ਆ। ਫਿਰ ਉਸ ਤੋਂ ਬਾਅਦ ਜੋ ਵੀ ਆਪਾਂ ਕੰਮ ਕਰਦੇ ਹਾਂ 2 ਵਾਰੀ 3 ਵਾਰੀ ਚਾਹ ਪੀਂਦੇ, ਉਹਦੇ ਹੋ ਜਾਂਦੇ। ਚਾਹ ਦੇ ਪਤੀਲੇ ਹੀ ਨਹੀਂ ਮਾਨ ਹੁੰਦੇ, ਪਰ ਫਿਰ ਵੀ ਔਖੇ ਸੌਖੇ ਦੇਖ ਲਓ ਸਾਰੇ ਭਾਂਡੇ ਮੈਂ ਮਾਂਜਤੇ, ਸਟੈਂਡ 'ਤੇ ਲਗਾ ਤੇ। ਅੱਜ ਮੈਂ ਟੋਕਰੇ ਦੇ ਵਿੱਚ ਵੀ ਨਹੀਂ ਰੱਖੇ, ਅਤੇ ਇਹ ਛੋਲੇ ਰਾਜਮਾਂਹ ਹੁਣ ਮੈਂ ਬਣਾ ਲੂੰਗੀ, ਅਤੇ ਇਹ ਟੋਕਰੀ ਹੈ ਜਿਹੜੀ ਇਹ ਸਾਫ਼ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਲੂ ਪਿਆਜ਼ ਇਹਦੇ ਵਿੱਚ ਪਾਊਗੀ। ਤੁਸੀਂ ਦੇਖ ਲਓ ਕਿੰਨਾ ਕਿਚਨ ਦਾ ਆਪਣਾ, ਹੈ ਨਾ, ਕੰਮ ਹੁੰਦਾ। ਲਓ ਜੀ ਛੋਲੇ ਵੀ ਉਬਲ ਗਏ ਸਾਡੇ, ਅਤੇ ਹੁਣ ਮੈਂ ਟੀਵੀ ਲਗਾ ਲਿਆ ਸੀ। ਟੀਵੀ ਤਾਂ ਮੈਂ ਸਵੇਰੇ ਹੀ ਲਗਾ ਲੈਂਦੀ ਹੁੰਦੀ ਹਾਂ ਅਤੇ ਚੱਲਦਾ ਰਹਿੰਦਾ, ਹੈ ਨਾ, ਮਿਊਜ਼ਿਕ ਕੰਨਾਂ ਦੇ ਵਿੱਚ ਪੈਂਦਾ ਰਹਿੰਦਾ। ਹੁਣ ਮੈਂ ਨਹਾ ਕੇ ਆ ਚੁੱਕੀ ਹਾਂ, ਹੁਣ ਆਪਾਂ ਲਾਵਾਂਗੇ ਛੋਲਿਆਂ ਨੂੰ ਤੜਕਾ। ਇਹ ਦੇਖ ਲਓ ਛੋਲੇ ਮਤਲਬ ਉਬਲ ਚੁੱਕੇ ਆ ਅਤੇ ਸਾਰਾ ਸਮਾਨ ਸਾਡਾ ਰੈਡੀ ਹੈ। 2 ਟਮਾਟਰ ਲਏ ਆ ਮੈਂ, ਇਹਨਾਂ ਨੂੰ ਮੈਂ ਪੀਸ ਲਿਆ। ਫਰਾਈ ਪੈਨ ਦੇ ਵਿੱਚ ਦੇਖ ਲਓ ਜੀ ਆਪਾਂ ਘਿਓ ਪਾਇਆ, ਜੀਰਾ ਪਾਇਆ, ਪਿਆਜ਼ ਪਾਏ ਆ। ਫਿਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ, ਜ਼ਿਆਦਾ ਨਹੀਂ ਪਕਾਉਣੇ। ਟਮਾਟਰ ਪਾਵਾਂਗੇ, ਮਸਾਲੇ ਪਾਵਾਂਗੇ। ਮਸਾਲੇ ਪਾਉਣ ਤੋਂ ਬਾਅਦ ਦੇਖ ਲਓ ਜੀ ਚਾਹ ਪੱਤੀ ਦਾ ਪਾਣੀ ਔਰ ਛੋਲੇ ਮਿਕਸ ਕਰ ਦਾਂਗੇ। ਲਓ ਜੀ ਸਾਡੇ, ਇਹ ਮੈਨੂੰ ਕਹਿੰਦੇ ਭਿੰਡੀ ਛੋਲੇ ਬਣਾ ਲੈ, ਮੈਂ ਕਿਹਾ ਇਹ ਤਾਂ ਭਿੰਡੀ ਛੋਲੇ ਹੁੰਦੇ ਆ। ਫਿਰ ਦੇਖ ਲਓ ਜੀ ਹਰਾ ਧਨੀਆ ਪਾਤਾ, 4-5 ਹਰੀਆਂ ਮਿਰਚਾਂ, ਇਸ ਤਰ੍ਹਾਂ ਹੀ ਮੈਂ ਸਾਫ਼ ਸੀਗੀਆਂ, ਮੈਂ ਦੇਖ ਲਈਆਂ ਸੀ ਅੰਦਰੋਂ ਕੱਟ ਮਾਰ ਕੇ ਵਧੀਆ ਮਤਲਬ ਸੀਗੀਆਂ, ਅਤੇ ਮੈਂ ਪਾ ਤੀਆਂ। ਲਓ ਜੀ ਛੋਲੇ ਸਾਡੇ ਤਿਆਰ ਹੈ, ਹੁਣ ਹੋ ਰਹੀ ਹੈ ਸਾਫ਼ ਜੀ ਦੀ ਵੇਟ, ਹੈ ਨਾ। ਅਤੇ ਮੇਰਾ ਮਨ ਇਸ ਤਰ੍ਹਾਂ ਕਰ ਰਿਹਾ ਸੀ ਮੈਂ ਚਾਹ ਬਣਾ ਕੇ ਪੀਵਾਂ, ਪਰ ਮੈਂ ਚਾਹ ਨਹੀਂ ਬਣਾਈ। ਅਤੇ ਬਸ ਫਿਰ ਮੈਂ ਥੋੜ੍ਹਾ ਬਹੁਤਾ, ਹੈ ਨਾ, ਜਿਸ ਤਰ੍ਹਾਂ ਬਿਸਕੁਟ ਨਮਕੀਨ ਪਿਆ ਹੁੰਦਾ ਉਹ ਕੋਲੀ 'ਚ ਪਾ ਕੇ ਖਾਣ ਲੱਗ ਗਈ। ਮੈਂ ਕਿਹਾ ਜੇ ਚਾਹ ਪੀਤੀ ਨਾ ਫਿਰ ਮਤਲਬ ਰੋਟੀ ਦੀ ਭੁੱਖ ਮਰ ਜੂਗੀ। ਅਤੇ ਇਹ ਦੇਖ ਲਓ ਮੇਰੇ ਨਾਲ ਇਸ ਤਰ੍ਹਾਂ ਪੰਗੇ ਲੈਂਦਾ ਹੈਗਾ, ਅਤੇ ਇਹਨੂੰ ਪਤਾ ਹੈ ਕਿ ਮੈਂ ਹੁਣ ਇੱਧਰ ਘੁੰਮਣਾ ਇੱਧਰ ਘੁੰਮਣਾ, ਅਤੇ ਮੈਂ ਇਹਨਾਂ ਦੀ ਕਰ ਰਹੀ ਹਾਂ ਵੇਟ। ਅਤੇ ਕਈ ਵਾਰ ਤਾਂ ਇਹਨਾਂ ਦੀ ਵੇਟ ਵੀ ਮੈਨੂੰ ਨਾ ਇਸ ਤਰ੍ਹਾਂ ਹੋ ਜਾਂਦਾ ਕਿ ਕਦੋਂ ਆਉਣਗੇ ਕਦੋਂ ਆਉਣਗੇ, ਹੈ ਨਾ, ਰਸਤਾ ਤੱਕਦੀ ਰਹਿੰਦੀ ਇਹਨਾਂ ਦਾ ਮੈਂ, ਅਤੇ ਮੈਂ ਵੇਟ ਕਰ ਰਹੀ ਹਾਂ ਵੀ ਚੱਲ ਆ ਜਾਂਦੇ, ਹੈ ਨਾ, ਟਾਈਮ 'ਤੇ ਰੋਟੀ ਖਾ ਲੈਂਦੇ ਹਾਂ। ਅਤੇ ਹੁਣ ਦੇਖ ਲਓ ਮੈਂ ਨਹਾ ਕੇ ਆ ਚੁੱਕੀ ਹਾਂ, ਤਿਆਰ ਹੋ ਕੇ ਸਿਰ ਸੁਰ ਵਾਹ ਕੇ ਆ ਚੁੱਕੀ ਹਾਂ, ਅਤੇ ਮੈਂ ਤੁਹਾਨੂੰ ਦੱਸ ਰਹੀ ਹੈਗੀ ਹਾਂ ਕਿ ਇਹ ਨਹੀਂ ਆਏ। ਅਤੇ ਇਹਨਾਂ ਦੀ ਵੇਟ ਕਰ ਕਰਕੇ ਫਿਰ ਮੈਂ ਸਿਰ ਸੁਰ ਵਾਹਿਆ, ਹੈ ਨਾ, ਅਤੇ ਨਹੀਂ ਤਾਂ ਫਿਰ ਮੈਂ ਇਹ ਆ ਜਾਂਦੇ ਆ ਨਾ, ਲੇਟ ਹੋ ਜਾਂ, ਫਿਰ ਉਸ ਤੋਂ ਬਾਅਦ ਵੋਨੀ ਹੁੰਦੀ ਹਾਂ ਸਿਰ।
ਤੇ ਹੁਣ ਮੈਂ ਇੱਕ ਗੋਲੀ ਹੋਰ ਖਾਊਂਗੀ, ਇੱਕ ਸਵੇਰੇ ਖਾਧੀ ਸੀ, ਇੱਕ ਹੁਣ ਖਾਧੀ ਹੈ, ਇੱਕ ਗੈਸ ਦੀ ਖਾਧੀ ਹੈ, ਇੱਕ ਰਾਤ ਨੂੰ ਪੈਣ ਲੱਗੇ ਖਾਧੀ ਹੈ, ਇਹ ਦੇਖ ਲਓ ਹੁਣ ਆਇਰਨ ਦੀ ਗੋਲੀ ਖਾਊਂਗੀ। ਜਿਵੇਂ ਜਿਵੇਂ ਮੈਨੂੰ ਲੱਗਦਾ ਨਾ ਇਹ ਚੀਜ਼ ਹੈ ਉਹ ਚੀਜ਼ ਹੈ, ਹੈ ਨਾ, ਮੈਂ ਗੋਲੀਆਂ ਖਾਂਦੀ ਰਹਿੰਦੀ ਹੈਗੀ ਹਾਂ। ਕਿਸੇ ਟਾਈਮ ਤਾਂ ਮੇਰੀ ਬੋਡੀ ਇਸ ਤਰ੍ਹਾਂ ਹੋ ਜਾਂਦੀ ਹੈ ਕਿ ਬਸ ਮੈਂ ਵਲੋਗ ਵੀ ਕਿਸ ਤਰ੍ਹਾਂ ਬਣਾਵਾਂ, ਸਵੇਰੇ ਉੱਠਾਂ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਅਤੇ ਵਲੋਗ ਮੈਂ ਕਿੱਥੋਂ, ਪਰ ਫਿਰ ਵੀ ਤੁਸੀਂ ਦੇਖ ਲਓ ਮੈਂ ਹਿੰਮਤ ਕਰਦੀ ਹਾਂ ਅਤੇ ਵਲੋਗ ਬਣਾਉਣਾ ਸ਼ੁਰੂ ਕਰ ਦਿੰਦੀ ਹੈਗੀ ਹਾਂ। ਅਤੇ ਕਈ ਵਾਰ ਆਪਾਂ ਸੋਚਦੇ ਹਾਂ ਹੈ ਨਾ ਇੱਕ ਦੂਜੇ ਨੂੰ ਦੇਖ ਕੇ ਕਿ ਆਪਾਂ ਠੀਕ ਹਾਂ, ਉਹ ਠੀਕ ਹੈ, ਇਹ ਠੀਕ ਹੈ, ਹੈ ਨਾ, ਅਤੇ ਪਰ ਅੰਦਰੋਂ ਕੋਈ ਵੀ ਠੀਕ ਨਹੀਂ ਹੁੰਦਾ। ਅਤੇ ਜੇ ਤਾਂ ਆਪਾਂ ਸਾਦਾ ਭੋਜਨ ਖਾ ਲਈਏ ਠੀਕ ਹੈ, ਜੇ ਕੁਛ ਵੀ ਹੈ ਨਾ ਥੋੜ੍ਹਾ ਜਿਹਾ ਵੀ ਕੁਛ ਐਕਸਟਰਾ ਖਾਧਾ ਜਿਹੜੀ ਆਪਣੀ ਬੋਡੀ ਨੂੰ ਚੀਜ਼ ਸੂਟ ਨਹੀਂ ਕਰਦੀ ਅਤੇ ਉਦੋਂ ਹੀ ਸਾਡਾ ਸਮਝੋ ਕੰਮ ਖਰਾਬ ਹੈ, ਸਿਸਟਮ ਖਰਾਬ ਹੈ ਸਰੀਰ ਦਾ। ਅਤੇ ਲਓ ਜੀ, ਮੂੰਹ ਵੀ ਦੇਖਣਾ ਪੈਂਦਾ ਹੈ, ਜੀਭ ਵੀ ਦੇਖਣੀ ਪੈਂਦੀ ਹੈ, ਹੈ ਨਾ, ਮੂੰਹ ਮੰਗਦਾ, ਜੀਭ ਟੇਸਟ ਮੰਗਦੀ ਹੈ, ਅਤੇ ਢਿੱਡ ਕਹਿੰਦਾ ਭਰੋ, ਹੈ ਨਾ, ਸਾਡਾ ਢਿੱਡ ਭਰੋ। ਸਾਰੀਆਂ ਚੀਜ਼ਾਂ ਦੇਖ ਕੇ ਸਾਡਾ ਮਨ ਇਸ ਤਰ੍ਹਾਂ ਹਾਮੀ ਭਰਦਾ ਕਿ ਇਹ ਚੀਜ਼ ਖਾ ਲਓ, ਛੋਲੇ ਬਣ ਚੁੱਕੇ ਹੈ, ਪਰ ਥੋੜ੍ਹਾ ਜਿਹਾ ਪਾਣੀ ਨਾ ਛੋਲਿਆਂ ਦੇ ਵਿੱਚ ਸੁੱਕ ਗਿਆ ਸੀ, ਅਤੇ ਇਹਨਾਂ ਨੂੰ ਦਿਖਾਊਂਗੀ, ਜੇ ਕਹਿਣਗੇ ਤਾਂ ਗਰਮ ਕਰਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਹੈ ਨਾ ਠੀਕ ਕਰ ਦੂੰਗੀ। ਪਰ ਛੋਲੇ ਮੈਂ ਖਾ ਕੇ ਦੇਖ ਚੁੱਕੀ ਹਾਂ, ਛੋਲਿਆਂ ਦਾ ਟੇਸਟ ਬਹੁਤ ਅੱਛਾ ਬਣਿਆ, ਛੋਲੇ ਬਹੁਤ ਟੇਸਟੀ ਬਣੇ ਆ। ਅਤੇ ਹੁਣ ਮੈਂ ਤੁਹਾਨੂੰ ਇਹ ਦੱਸ ਰਹੀ ਹੈਗੀ ਹਾਂ, ਮੈਂ ਵੋਇਸ ਇਸ ਕਰਕੇ ਬੰਦ ਕਰਤੀ ਕਿਉਂਕਿ ਵਲੋਗ ਨਾ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ, ਫਿਰ ਦੇਖਣਾ ਵੀ ਔਖਾ ਹੋ ਜਾਂਦਾ ਹੈਗਾ, ਹੈ ਨਾ। ਅਤੇ ਹੁਣ ਮੈਂ ਇਹ ਦੱਸ ਰਹੀ ਹਾਂ, ਸੋਰੀ ਤੁਹਾਨੂੰ, ਕਿ ਅਸੀਂ ਸ਼ਾਇਦ ਸਵੇਰੇ ਜਾਈਏ ਪਟਿਆਲੇ, ਹੈ ਨਾ, ਅਤੇ ਮੇਰਾ ਵੋ ਵਲੋਗ ਅਗਰ ਲੇਟ ਹੋ ਗਿਆ, ਅਸੀਂ ਜਾਣਾ ਮੱਥਾ ਟੇਕਣ ਵਾਸਤੇ ਦੁੱਖ ਨਿਵਾਰਨ ਸਾਹਿਬ, ਅਤੇ ਨਾਲੇ ਅਸੀਂ ਜਾਣਾ ਆਪਣਾ ਕਾਲੀ ਮਾਤਾ ਦੇ ਮੰਦਰ ਮੱਥਾ ਟੇਕਣ ਵਾਸਤੇ। ਇਹਨਾਂ ਨੇ ਜਾਣਾ ਸੀਗਾ ਆਪਣੇ ਫਰੈਂਡ ਦੇ ਨਾਲ, ਅਤੇ ਮੈਨੂੰ ਕਹਿੰਦੇ ਤੂੰ ਚੱਲਣਾ, ਮੈਂ ਕਿਹਾ ਦੇਖਾਂਗੇ। ਅਤੇ 50-50 ਹਜੇ ਕੱਚਾ ਪੱਕਾ ਜਿਹਾ ਪ੍ਰੋਗਰਾਮ ਹੈਗਾ ਜਾਣ ਦਾ, ਅਤੇ ਕਦੋਂ ਗਏ ਕਦੋਂ ਵਾਪਸ ਆਏ, ਕੱਲ੍ਹ ਦਾ ਵਲੋਗ ਥੋੜ੍ਹਾ ਜਿਹਾ ਹੋ ਜੂਗਾ ਲੇਟ, ਪਰ ਉੱਥੋਂ ਦੀ ਜੋ ਵੀ ਵੀਡੀਓ ਹੋਊਗੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ, ਠੀਕ ਹੈ। ਥੋੜ੍ਹਾ ਜਿਹਾ ਲੇਟ ਹੋ ਜੂਗਾ, ਮੈਂ ਇਹ ਕਹਿ ਰਹੀ ਹਾਂ ਤੁਹਾਨੂੰ। ਅਤੇ ਹੁਣ ਆਪਾਂ ਪਾਣੀ ਦਾ ਗਲਾਸ ਪੀ ਲਿਆ ਹੋਇਆ, ਇੱਕ ਗੋਲੀ ਖਾ ਲਈ ਹੋਈ ਹੈ, ਹੈ ਨਾ, ਅਤੇ ਹਜੇ ਵੀ ਕੁਛ ਖਾਸ ਫਰਕ ਨਹੀਂ ਲੱਗ ਰਿਹਾ। ਇਹ ਦੇਖੋ ਅੱਖਾਂ 'ਚੋਂ ਵੀ ਪਾਣੀ ਨਿਕਲ ਰਿਹਾ, ਅਤੇ ਬਸ ਕਹਿੰਦੇ ਨਾ ਇੱਕ ਜ਼ਬਰਦਸਤੀ ਖਿੱਚ ਧੋ ਕੇ ਕੰਮ ਵੀ ਕਰ ਲਿਆ ਅਤੇ ਤਿਆਰ ਵੀ ਹੋ ਗਈ। ਅਤੇ ਇੰਨੀ ਦੇਰ 'ਚ ਦੇਖ ਲਓ ਜੀ, ਮੈਂ ਹਜੇ ਤੁਹਾਡੇ ਨਾਲ ਗੱਲ ਹੀ ਕਰੀ ਜਾਂਦੀ ਸੀ, ਇਹ ਆ ਗਏ। ਮੈਂ ਫਟਾਫਟ ਤਵਾ ਰੱਖਿਆ, ਬਸ ਮੈਂ ਪਹਿਲਾਂ ਕੁਲਚੇ ਅਤੇ ਦੇਸੀ ਘਿਓ ਹੀ ਲਾਤਾ ਸੀਗਾ, ਮੱਖਣ ਹੈ ਨਹੀਂ ਸੀਗਾ ਅੱਜ। ਦੇਸੀ ਘਿਓ ਨਾਲ ਮੈਂ ਕੁਲਚੇ ਗਰਮ ਕਰ ਲਏ, ਹਲਕਾ ਜਿਹਾ ਪਾਣੀ ਮੈਨੂੰ ਕਹਿੰਦੇ ਪਾ ਲਿਆ, ਅਤੇ ਇਹ ਦੇਖ ਲਓ ਜੀ ਆਪਾਂ ਪਾਣੀ ਪਾ ਲਿਆ, ਫਿਰ ਵੀ ਛੋਲੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ। ਰੰਗ ਵੀ ਤੁਸੀਂ ਦੇਖ ਲਓ ਅਤੇ ਟੇਸਟ ਤਾਂ ਬਹੁਤ ਹੀ ਅੱਛਾ ਹੈ। ਨਾਲ ਕੱਟ ਲਏ ਸੀ ਮੈਂ ਪਿਆਜ਼, ਜਿਸ ਤਰ੍ਹਾਂ ਆਪਾਂ ਬਾਹਰ ਖਾ ਕੇ ਆਉਂਦੇ ਹੁੰਦੇ ਨਾ, ਉਹ ਪਿਆਜ਼ ਕਾਫੀ ਟਾਈਮ ਦੇ ਕੱਟੇ ਹੁੰਦੇ, ਫਿਰ ਇਸ ਤਰ੍ਹਾਂ ਨਾ ਮਤਲਬ ਲੱਗਣ ਲੱਗ ਜਾਂਦੇ, ਮੈਂ ਉਵੇਂ ਹੀ ਕੀਤੇ ਸੀ। ਹਰੀ ਚਟਨੀ ਬਣਾਉਣ ਨੂੰ ਮਨ ਕਰਦਾ ਸੀ, ਪਰ ਹੈਲਥ ਨਹੀਂ ਅਲਾਓ ਕਰਦੀ ਸੀਗੀ ਕਿ ਮੈਂ ਹਰੀ ਚਟਨੀ ਬਣਾ ਲਾਂ, ਕਿਉਂਕਿ ਕੰਮ ਬਹੁਤ ਸੀ, ਭਾਂਡੇ ਮਾਂਜ ਕੇ ਅੱਜ ਮੈਂ ਬਹੁਤ ਜ਼ਿਆਦਾ ਥੱਕ ਗਈ, ਅਤੇ ਬਾਕੀ ਤਾਂ ਚਲੋ ਕੰਮ ਆਪਣਾ ਰੂਟੀਨ ਦਾ ਹੁੰਦਾ। ਅਤੇ ਲਓ ਜੀ, ਇਸ ਵਲੋਗ ਦਾ ਆਪਾਂ ਡੈਥ ਹੀ ਕਰਦੇ ਹਾਂ, ਕੱਲ੍ਹ ਨੂੰ ਫਿਰ ਮਿਲਾਂਗੇ। ਅਤੇ ਵੀਡੀਓ ਪਸੰਦ ਆਈ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ। ਓਕੇ ਜੀ, ਬਾਏ ਬਾਏ। ਲਓ ਜੀ, ਮੇਰੀ ਵੀਡੀਓ ਦੇਖ ਲਈ ਤੁਸੀਂ, ਕਿਵੇਂ ਲੱਗੀ ਤੁਹਾਨੂੰ ਮੇਰੀ ਵੀਡੀਓ, ਮੈਨੂੰ ਜ਼ਰੂਰ ਦੱਸਿਆ ਕਰੋ, ਠੀਕ ਹੈ। ਇਹ ਦੇਖੋ ਹਜੇ ਵੀ ਖਾਰਸ਼, ਗਲੇ 'ਚ ਖਰਾਸ਼, ਫੇਸ 'ਤੇ ਖਾਰਸ਼, ਹੈ ਨਾ, ਪਤਾ ਨਹੀਂ ਭਾਈ ਕੀ ਹੋਣ ਲੱਗ ਜਾਂਦਾ। ਹੁਣ ਨਹੀਂ ਮੈਂ ਪੀਣੀ ਲੱਸੀ, ਬਸ ਹੁਣ ਤਾਂ ਜਿਹੜੀ ਗਲਤੀ ਹੋਊਗੀ ਹੁਣ ਨਹੀਂ ਮੈਂ ਪੀਊਂਗੀ ਲੱਸੀ, ਠੀਕ ਹੈ। ਅਤੇ ਵਲੋਗ ਮੇਰਾ ਕਿਵੇਂ ਲੱਗਿਆ ਤੁਹਾਨੂੰ ਜ਼ਰੂਰ ਦੱਸਿਓ। ਮੈਂ 1 ਘੰਟਾ ਰੈਸਟ ਕੀਤਾ ਖਾਣਾ ਖਾਣ ਤੋਂ ਬਾਅਦ, ਅਤੇ ਫਿਰ ਉਸ ਤੋਂ ਬਾਅਦ ਮੈਨੂੰ ਥੋੜ੍ਹਾ ਜਿਹਾ ਆਰਾਮ ਮਿਲਿਆ, ਕਿਉਂਕਿ ਦਵਾਈਆਂ ਵੀ ਤੱਕ ਦੀਆਂ ਖਾਧੀਆਂ, ਉਹਦੇ ਨਾਲ ਵੀ ਮੈਨੂੰ ਨੀਂਦ ਆਉਣ ਲੱਗ ਗਈ ਸੀਗੀ। ਅਤੇ
ਵੀਡੀਓ ਤੁਸੀਂ ਰਜਨੀ ਜੀ ਦਾ ਮੈਸੇਜ ਆਇਆ ਸੀਗਾ ਕਿ ਮੈਂ ਤੁਹਾਡੀ ਵੀਡੀਓ ਵੱਡੀ ਸਕਰੀਨ 'ਤੇ ਦੇਖਦੀ ਹਾਂ ਅਤੇ ਬਹੁਤ ਮਜ਼ਾ ਆਉਂਦਾ, ਪਰ ਮੈਂ ਦੇਖੀ ਨਹੀਂ। ਮੈਂ ਵੀ ਇਹਨਾਂ ਨੂੰ ਕਹੂੰਗੀ ਹੈ ਨਾ ਵੀ ਆਪਣੀ ਵੀਡੀਓ ਵੱਡੀ ਸਕਰੀਨ 'ਤੇ ਲਾਓ, ਕਿਉਂਕਿ ਅਸੀਂ ਤਾਂ ਫੋਨ ਦੇ ਵਿੱਚ ਹੀ ਦੇਖਦੇ, ਇੰਨਾ ਟਾਈਮ ਹੀ ਨਹੀਂ ਹੁੰਦਾ ਹੈਗਾ ਅਤੇ ਕਈ ਗੱਲਾਂ ਸਾਨੂੰ ਤੁਹਾਡੇ ਤੋਂ ਹੀ ਸੁਣਨ ਨੂੰ ਮਿਲਦੀਆਂ ਹੈ ਨਾ, ਅਤੇ ਦਿਮਾਗ ਸਾਡਾ ਕੰਮ ਕਰਨ ਲੱਗ ਜਾਂਦਾ। ਅਤੇ ਇਸ ਵਲੋਗ ਦਾ ਆਪਾਂ ਇੰਡੈਥ ਹੀ ਕਰਾਂਗੇ, ਕੱਲ੍ਹ ਨੂੰ ਫੇਰ ਮਿਲਾਂਗੇ, ਠੀਕ ਹੈ? ਓਕੇ ਜੀ, ਬਾਏ ਬਾਏ। ਹੁਣ ਮੈਂ ਪੀਨੀ ਹਾਂ ਚਾਹ ਅਤੇ ਵਲੋਗ ਅਪਲੋਡ ਕਰਕੇ ਚਾਹ ਪੀਊਂਗੀ, ਠੀਕ ਹੈ? ਓਕੇ ਜੀ, ਬਾਏ ਬਾਏ।